ਸਾਲ 2017 ਵਿੱਚ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਇਹ ਚੰਗਾ ਸਾਲ ਨਹੀਂ ਲੰਘਿਆ ਕਿਉਂਕਿ ਬੀਤੇ ਵਰ੍ਹੇ ਦੌਰਾਨ ਕਰਜ਼ੇ ਤੋਂ ਤੰਗ ਹੋ ਕੇ ਜ਼ਿਲ੍ਹੇ ਵਿੱਚ ਕਈ ਕਿਸਾਨਾਂ ਮਜ਼ਦੂਰਾਂ ਨੇ ਆਪਣੇ ਸਗੇ ਸੰਬੰਧੀਆਂ ਤੋਂ ਨਾਤਾ ਤੋੜ ਕੇ ਕੀਟਨਾਸ਼ਕ ਨਿਗਲ ਕੇ ਜਾਂ ਗਲੇ ਵਿੱਚ ਫੰਦਾ ਪਾ ਕੇ ਮੌਤ ਨਾਲ ਨਾਤਾ ਜੋੜ ਲਿਆ। ਇਸ ਨੂੰ ਸਮੇਂ ਦੀਆਂ ਸਰਕਾਰਾਂ ਦੀ ਲਾਪਰਵਾਹੀ ਮੰਨੀਏ ਜਾਂ ਕੁਝ ਹੋਰ ਕਿ ਖੁਦਕੁਸ਼ੀ ਕਰਨ ਵਾਲੇ ਇਹਨਾਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਵੱਲੋਂ ਮੁਆਵਜ਼ੇ ਲਈ ਦਰਖਾਸਤ ਦੇਣ ਦੇ ਬਾਵਜੂਦ ਸਿਰਫ ਕੁਝ ਹੀ ਪਰਿਵਾਰ ਮੁਆਵਜ਼ੇ ਦੀ ਰਕਮ ਹਾਸਲ ਕਰ ਸਕੇ ਜਦਕਿ ਬਾਕੀਆਂ ਨੂੰ ਇਹ ਰਕਮ ਵੀ ਨਸੀਬ ਨਹੀਂ ਹੋਈ। ਮੇਰੇ ਪਤੀ ਜੀ ਮੈਂ ਕਰਜ਼ਾ ਵਾਲਾ ਹੋ ਗਿਆ ਸੀਗਾ, ਇਸ ਕਾਰਨ ਉਹ ਪਰੇਸ਼ਾਨੀ 'ਚ ਰਹਿੰਦਾ ਸੀ ਸਾਰਾ ਦਿਨ, ਸਾਨੂੰ ਅੱਜ ਮਨ ਦੀ ਕੋਈ ਗੱਲ ਨਹੀਂ ਦੱਸਦਾ ਸੀਗਾ। ਜਦੋਂ ਅੱਥ ਨੂੰ ਹੋਈ ਜੀ ਵਧੀਆ ਅਸੀਂ ਠੀਕ ਠਾਕ ਸੀਗੇ ਅਤੇ ਸਾਨੂੰ ਪਤਾ ਨਹੀਂ ਲੱਗਿਆ ਉਹਨੇ ਕਦੋਂ ਸਲਫਾਜ ਚੱਕ ਕੇ ਗਾ ਲਈ। ਸਾਨੂੰ ਬੈਂਕ ਵਾਲਿਆਂ ਦਾ ਫੋਨ ਆਇਆ ਸੀ ਜੀ ਇੱਕ ਦਿਨ ਪਹਿਲਾਂ, ਉਹ ਕਹਿੰਦੇ ਵੀ ਤੁਹਾਡੀਆਂ ਫੋਟੋਆਂ ਬਾਹਰ ਅੱਗੇ ਲੱਗਣੀਆਂ। ਉਹ ਜੀ ਪਰੇਸ਼ਾਨੀ 'ਚ ਰਹਿੰਦਾ ਸੀਗਾ, ਸਾਨੂੰ ਉਹਨੇ ਘਰ ਦੀ ਗੱਲ ਕੋਈ ਨਹੀਂ ਦੱਸੀ ਦਿਲ ਦੀ, ਉਹ ਜੀ ਸਲਫਾਸ ਖਾ ਗਿਆ। ਕਰਜ਼ਾ ਜੀ ਸਾਡੇ 18 ਲੱਖ ਰੁਪਇਆ, ਇਹ ਜੀ ਸੱਤ ਲਓ ਜੀ ਬੈਂਕ ਦਾ ਜੀ, ਇੱਕ ਤਾਂ 10 ਲੱਖ ਜੀ, ਇੱਕ ਕੋਪ ਆਹ ਸਟੈਟੀ ਦਾ ਜੀ 90,000 ਅਤੇ ਬਾਕੀ ਜੀ ਆੜਤੀਆਂ ਦਾ ਕੁਛ ਪਿੰਡ 'ਚੋਂ ਫੜਿਆ। ਅਤੇ ਪਿਛਲੇ ਸਾਲ ਵਿੱਚ ਸਾਡੇ ਕੋਲ 56 ਦਰਖਾਸਤਾਂ ਪ੍ਰਾਪਤ ਹੋਈਆਂ ਸੀਗੀਆਂ, ਉਹਨਾਂ ਵਿੱਚੋਂ ਅਸੀਂ 18 ਨੂੰ ਪਾਸ ਕਰ ਚੁੱਕੇ ਹਾਂ ਅਤੇ 19 ਅਸੀਂ ਰਿਜੈਕਟ ਕਰਤੇ, ਅਤੇ ਬਾਕੀ ਜਿਹੜੇ ਕੇਸ ਰਹਿੰਦੇ ਉਹਨਾਂ 'ਚ ਸਾਡੀ ਅਜੇ SDO ਦੇ ਪੱਧਰ 'ਤੇ ਇਨਕੁਆਇਰੀ ਚੱਲ ਰਹੀ ਹੈ। ਜਦੋਂ ਵੀ ਉਹ ਸਾਡੇ ਕੋਲ ਇਨਕੁਆਇਰੀ ਕਰਕੇ ਆ ਗਈ, ਅਸੀਂ ਮੀਟਿੰਗ ਕਰਕੇ, ਕਿਉਂਕਿ ਮੀਟਿੰਗਾਂ ਦੀਆਂ ਡੇਟਾਂ ਐਤਕੀ ਫਿਕਸ ਕੀਤੀਆਂ ਸਰਕਾਰ ਨੇ, ਹਰੇਕ 5 ਤਰੀਕ ਨੂੰ ਮਹੀਨੇ ਦੇ ਨੂੰ ਖੁਦਕੁਸ਼ੀਆਂ ਵਾਲੀ ਦੀ ਜਿਹੜੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਜਿੰਨੇ ਵੀ ਸਾਡੇ ਕੋਲ ਕੇਸ ਆਉਂਦੇ ਆ ਵਿਚਾਰਨਯੋਗ ਉਹ ਅਸੀਂ ਕਮੇਟੀ ਅੰਗਰੇਜ਼ ਸਿੰਘ ਜੀ ਉਹ ਅਟੈਕ ਹੋ ਗਿਆ ਸੀ ਕਰਜ਼ੇ ਦੀ ਮਾਰ ਜੀ, ਅਤੇ ਉਦੋਂ ਬਾਅਦ ਜਗਦੀਸ਼ ਸਿੰਘ ਦਾ ਅਟੈਕ ਹੋ ਗਿਆ ਜੀ, 2 ਬੰਦੇ ਸੀ ਘਰ 'ਚ, ਦੋਨੇ ਬੰਦੇ ਚਲੇ ਗਏ ਜੀ। ਹੁਣ ਅਸੀਂ ਜਿਹੜਾ ਜਗਦੀਸ਼ ਸਿੰਘ ਜੀ ਉਹ ਸਪਰੇਅ ਪੀ ਕੇ ਮਰ ਗਿਆ ਜੀ, ਖੁਦ ਆਹ ਆਪਣੀ ਕੁਰਕੀ ਆ ਗਈ ਸੀ ਜੀ, ਪਹਿਲਾਂ ਕਾਗਜ਼ ਕੁਰਕੀ ਦਾ ਲਾ ਗਏ, ਨਾਲੇ ਘਰ ਦਿਖਾ ਗਏ ਮੁਲਾਜ਼ਮ, ਤਾਂ ਉਹਨੇ ਕੁਰਕੀ ਤੋਂ ਪਹਿਲਾਂ ਹੀ 5-6 ਦਿਨ ਪਹਿਲਾਂ ਉਹਨੇ ਸਪਰੇਅ ਪੀ ਲਈ, ਕੁਰਕੀ ਤੋਂ ਪਹਿਲਾਂ ਹੀ 3 ਦਿਨ ਪਹਿਲਾਂ ਹੀ ਮੁੱਕ ਗਈ ਸੀ ਜੀ। ਉਦੋਂ ਬਾਅਦ ਜੇ ਬੈਂਕ ਦਾ ਕਰਜ਼ਾ ਸੀ ਜੀ ਬਹੁਤ ਜ਼ਿਆਦਾ, ਉਹਨਾਂ ਨੇ ਵੀ ਵਿੱਚੇ ਟਰੈਕਟਰ ਟੱਲੇ ਵਿੱਚ ਉਹਨਾਂ ਨੇ ਖਤਮ ਕਰਤੇ ਜੀ, ਉਹਨਾਂ ਦਾ ਵੀ 4 ਲੱਖ ਕਰਜ਼ੇ ਦਾ ਸੀ ਜੀ। ਬਾਕੀ ਲਿਫਟ ਕਰਾਈ ਸੀਗੀ ਉਹਨਾਂ ਦਾ ਵੀ ਜੀ, ਲਿਫਟ ਦਾ ਵੀ ਵਿੱਚ ਵਿਆਜ ਪਾ ਕੇ 2 ਲੱਖ ਨੂੰ ਬਣਾਈ ਬੈਠੇ ਜੀ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ, ਚੈਨਲ 2।